ਜਨਮਦਾਤਾ ਤਾਂ ਪਰਮਾਤਮਾ ਹੈ ਮਰਦੇ ਤੁਸੀਂ ਆਉਂਦੇ ਤਾਂ ਕੋਰੇ ਹੋ ਜਾਂਦੇ ਸਮੇ ਬਹੁਤ ਭਰ ਜਾਂਦੇ ਹੋ ਉਸ ਪ੍ਰਾਪ ਦੇ ਕਾਰਨ ਭੇਦ ਹੈ ਉਸ ਪ੍ਰਾਪ ਦਾ ਨਾਮ ਹੰਕਾਰ ਹੈ ਹੰਕਾਰ ਸ਼ਬਦੇ ਵੱਖਰੇ ਵੱਖਰੇ ਹਨ ਆਤਮਾ ਇੱਕ ਹੈ ਆਤਮਾ ਤਾਂ ਉਸ ਤਤ ਦਾ ਨਾਮ ਹੈ ਜਿਹਨੂੰ ਤੁਸੀਂ ਜਨਮ ਦੇ ਨਾਲ ਲੈ ਕੇ ਆਏ ਤੇ ਹੰਕਾਰ ਉਸ ਤਤ ਦਾ ਨਾਮ ਹੈ ਜਿਹਨੂੰ ਤੁਸੀਂ ਜੀਵਨ ਵਿੱਚ ਬਣਾਇਆ ਹੈ ਜਿਸ ਨੂੰ ਤੁਸੀਂ ਲਿਆਏ ਨਹੀਂ ਸੀ ਜਿਹਨੂੰ ਤੁਸੀਂ ਹੀ ਸਵਾਰਿਆ ਸਜਾਇਆ ਤੁਹਾਨੂੰ ਤਾਂ ਪਰਮਾਤਮਾ ਨੇ ਬਣਾਇਆ ਹੈ ਲੇਕਿਨ ਹੰਕਾਰ ਦੇ ਨਿਰਮਾਤਾ ਤੁਸੀਂ ਹੋ ਇੱਕ ਤਾਂ ਸੰਸਾਰ ਹੈ ਪਰਮਾਤਮਾ ਦਾ ਉਹਦਾ ਤਾਂ ਤੁਹਾਨੂੰ ਕੁਝ ਪਤਾ ਨਹੀਂ ਇੱਕ ਸੰਸਾਰ ਹੈ ਤੁਹਾਡੇ ਹੰਕਾਰ ਦਾ ਬਸ ਉਸੇ ਵਿੱਚ ਹੀ ਤੁਸੀਂ ਜਿਉਂਦੇ ਹੋ ਉਸੇ ਵਿੱਚ ਹੀ ਸਮਾਪਤ ਹੋ ਜਾਂਦੇ ਹੋ ਹੰਕਾਰ ਦਾ ਅਰਥ ਹੈ ਤੁਸੀਂ ਜਾਣ ਹੀ ਨਾ ਸਕੇ ਜੋ ਤੁਸੀਂ ਸੀ ਇਸ ਤੋਂ ਪਹਿਲਾਂ ਕਿ ਤੁਸੀਂ ਜਾਣਦੇ ਆਪਣੇ ਕੋਰੇ ਪੰਨ ਨੂੰ ਤੁਸੀਂ ਲਿਖਾਵਟ ਨਾਲ ਆਪਣੇ ਨੂੰ ਭਰ ਲਿਆ ਇਸ ਤੋਂ ਪਹਿਲਾਂ ਕਿ ਤੁਸੀਂ ਜਾਣਦੇ ਨਿਰਮਲਤਾ ਦੀ ਚੇਤਨਿਆ ਦੀ ਤੁਸੀਂ ਬਹੁਤ ਕੂੜਾ ਕਰਕਟ ਇਕੱਠਾ ਕਰ ਲਿਆ ਧੰਨ